ਜੱਜਲ ਅਤੇ ਬਾਗੀ ਬਾਂਦਰ ਦੇ ਵਿੱਚ ਬੈਕ ਟੂ ਬੈਕ ਸਨੈਚਿੰਗ ਦੀਆਂ ਵਾਰਦਾਤਾਂ ਹੋਈ ਸੀਗੀਆਂ। ਉਹਦੇ ਵਿੱਚ ਟੋਟਲ 5 ਮੈਂਬਰ ਨੇ, ਉਹਨਾਂ 'ਚੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਕੋਲੋਂ 2 ਮੋਬਾਈਲ ਫੋਨ, ਰਾੜਾਂ ਅਤੇ ਮਾਰੂ ਹਥਿਆਰ ਇਹ ਸਾਰੇ ਬਰਾਮਦ। ਬਠਿੰਡਾ ਪੁਲਿਸ ਵੱਲੋਂ ਲੁੱਟਾ ਖੋਹਾ ਕਰਨ ਵਾਲਿਆਂ ਅਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਵੱਖ ਵੱਖ ਏਰੀਏ ਨੂੰ ਕਵਰ ਕਰਦੇ ਹੋਏ ਸ਼ੱਕੀ ਲੋਕਾਂ ਅਤੇ ਸ਼ੱਕੀ ਵਹੀਕਲਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਸਦਕਾ CIA ਸਟਾਫ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁਖਬਰੀ ਦੇ ਆਧਾਰ ਤੇ ਗ੍ਰੋਥ ਸੈਂਟਰ ਬਠਿੰਡਾ ਤੋਂ 4 ਦੋਸ਼ੀਆਂ ਨੂੰ ਮਾਰੂ ਹਥਿਆਰਾਂ ਸਮੇਤ ਸ਼ੱਕੀ ਹਾਲਾਤਾਂ ਵਿੱਚ ਕਾਬੂ ਕੀਤਾ ਗਿਆ। ਦਰਅਸਲ ਇਹ ਦੋਸ਼ੀ ਪਿੰਡਾਂ ਵਿੱਚ ਰਾਤ ਵੇਲੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਹਨਾਂ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਇਹਨਾਂ ਦੇ ਇੱਕ ਹੋਰ ਸਾਥੀ ਹੋਣ ਦਾ ਵੀ ਪਤਾ ਲੱਗਿਆ, ਜਿਸ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਇਹਨਾਂ ਮੁਲਜ਼ਮਾਂ ਪਾਸੋਂ ਮੋਬਾਈਲ ਫੋਨ, ਮਾਰੂ ਹਥਿਆਰ ਅਤੇ ਕਾਫੀ ਮਾਤਰਾ ਵਿੱਚ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ DSP ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ, ਆਓ ਸੁਣਦੇ ਹਾਂ। ਮਾਨਯੋਗ DGP ਸਾਹਿਬ ਦੇ ਹਿਦਾਇਤਾਂ ਅਨੁਸਾਰ ਮਾਨਯੋਗ SSP ਸਾਹਿਬ ਵੱਲੋਂ ਚਲਾਏ ਗਏ ਮਾੜੇ ਅਨਸਰਾਂ ਖਿਲਾਫ਼ ਜਿਹੜੀ ਮੁਹਿੰਮ ਚਲਾਈ ਗਈ ਹੈ, ਉਹਦੇ ਵਿੱਚ ਬਠਿੰਡਾ ਪੁਲਿਸ ਦੇ CIA ਸਟਾਫ ਨੂੰ ਇੱਕ ਕਾਮਯਾਬੀ ਹਾਸਿਲ ਹੋਈ ਹੈ। ਪਿੰਡ ਜੱਜਲ ਅਤੇ ਬਾਗੀ ਬਾਂਦਰ ਦੇ ਵਿੱਚ ਬੈਕ ਟੂ ਬੈਕ ਸਨੈਚਿੰਗ ਦੀਆਂ ਵਾਰਦਾਤਾਂ ਹੋਈ ਸੀਗੀਆਂ ਪਿਛਲੇ ਹਫ਼ਤੇ। ਉਹਦੇ ਵਿੱਚ ਕਾਮਯਾਬੀ ਹਾਸਿਲ ਕਰਦਿਆਂ ਸਾਡੇ CIA ਸਟਾਫ 2 ਅਤੇ ਸਬ ਡਿਵੀਜ਼ਨ ਤਲਵੰਡੀ ਸਾਬੋ ਦੀ ਪੁਲਿਸ ਨੇ ਇੱਕ ਗੈਂਗ ਬਸਟ ਕੀਤਾ ਹੈ। ਉਹਦੇ ਵਿੱਚ ਟੋਟਲ 5 ਮੈਂਬਰ ਨੇ, ਉਹਨਾਂ 'ਚੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੇ ਕੋਲੋਂ 2 ਮੋਬਾਈਲ ਫੋਨ, ਰਾੜਾਂ ਅਤੇ ਮਾਰੂ ਹਥਿਆਰ ਇਹ ਸਾਰੇ ਬਰਾਮਦ ਕੀਤੇ ਗਏ। ਇਹਨਾਂ ਨੇ ਕਿੱਥੇ ਕਿੱਥੇ ਵਾਰਦਾਤਾਂ ਕੀਤੀਆਂ ਸੀਗੀਆਂ ਜੀ? ਹਜੇ ਤੱਕ 2 ਵਾਰਦਾਤਾਂ ਇਹਨਾਂ ਨੇ ਜਿਹੜੀ ਹੈ ਪੁੱਛਗਿੱਛ ਦੇ 2 ਵਾਰਦਾਤਾਂ ਇਹਨਾਂ ਦੀ ਸਾਹਮਣੇ ਆਈ ਹੈ। ਇੱਕ ਪਿੰਡ ਜੱਜਲ ਇਹਨਾਂ ਨੇ ਵਾਰਦਾਤ ਕੀਤੀ ਸੀ, ਉਹਦੇ ਸੰਬੰਧੀ ਰਾਮਾ ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਹੈ। ਇੱਕ ਇਹਨਾਂ ਨੇ ਪਿੰਡ ਬਾਗੀ ਬਾਂਦਰ ਵਾਰਦਾਤ ਕੀਤੀ ਸੀ, ਉਹਦੇ ਸੰਬੰਧੀ ਤਲਵੰਡੀ ਸਾਬੋ ਥਾਣੇ ਦੇ ਵਿੱਚ ਮੁਕਦਮਾ ਦਰਜ ਹੈ। ਕਿਸ ਤਰ੍ਹਾਂ ਦੀਆਂ ਵਾਰਦਾਤਾਂ? ਇਹ ਰਾਹਗੀਰਾਂ ਤੋਂ ਹਥਿਆਰਾਂ ਦੇ ਨੋਕ ਤੇ ਉਹਨਾਂ ਤੋਂ ਲੁੱਟਾਂ ਖੋਹਾਂ ਕਰਦੇ ਸੀ, ਕਈ ਵਾਰੀ ਇਹ ਉਹਨਾਂ ਨੂੰ ਇੰਜਰਡ ਵੀ ਕਰਦੇ ਸੀ। ਇਹ ਓਡ ਟਾਈਮਿੰਗ ਜਿਹੜੀ ਹੁੰਦੀ ਹੈ, ਰਾਤ ਦੇ ਟਾਈਮ, ਲੇਟ ਨਾਈਟ ਜਾਂ ਅਰਲੀ ਮਾਰਨਿੰਗ ਇਹ ਵਾਰਦਾਤਾਂ ਕਰਦੇ ਸੀ। ਇਹਨਾਂ ਦੇ ਵਿੱਚ 3 ਦੋਸ਼ੀ ਜੱਜਲ ਪਿੰਡ ਦੇ ਰਹਿਣ ਵਾਲੇ ਨੇ ਤੇ ਇੱਕ ਸਰਸਾ ਹਰਿਆਣਾ ਦਾ ਰਹਿਣ ਵਾਲਾ ਹੈ। ਇੱਕ 5ਵਾਂ ਦੋਸ਼ੀ, ਉਹਦੀ ਪਛਾਣ ਹੋ ਗਈ ਹੈ ਪਰ ਉਹਦੀ ਅਰੈਸਟ ਅਜੇ ਬਾਕੀ ਹੈ। ਇਹਨਾਂ 'ਚੋਂ ਇੱਕ ਦੋਸ਼ੀ ਹੈ ਗੁਰਵਿੰਦਰ ਸਿੰਘ, ਉਹਦੇ ਖਿਲਾਫ਼ ਇੱਕ ਚੋਰੀ ਦਾ ਮੁਕਦਮਾ ਹੈ 64/23 ਰਾਮਾ ਥਾਣੇ ਦੇ ਵਿੱਚ। ਚੜ੍ਹਦੀ ਕਲਾ ਟਾਈਮ TV ਲਈ ਬਠਿੰਡਾ ਤੋਂ ਜਗਸੀਰ ਭੁੱਲਰ ਦੀ ਰਿਪੋਰਟ।